ਬਠਿੰਡਾ ਦੇ ਅਮਰਪੁਰ ਬਸਤੀ ਵਿਚ ਵਾਪਰਿਆ ਵੱਡਾ ਹਾਦਸਾ। ਘਰ ਵਿਚ ਟੀਵੀ ਦੇਖ ਰਹੀ ਬੱਚੀ ਤੇ ਡਿੱਗੀ ਘਰ ਦੀ ਛੱਤ, ਬੱਚੀ ਹੋਈ ਗੰਭੀਰ ਜ਼ਖਮੀ। ਬਸ ਜੀ ਪਈ ਸੀਗੀ ਤੇ ਛੱਤ ਡਿੱਗੀ ਤੇ ਨਹੀਂ ਜੀ ਮੇਰੇ ਤਨ ਇੰਨੀ ਛੱਤ ਪੁਰਾਣੀ ਸੀਗੀ ਆਏ ਤਾਂ ਕੀ ਪਤਾ ਉਹ ਪੁਰਾਣੀ ਜੀ ਸੀਗੀ ਜੀ ਪੁਰਾਣੀ ਸੀਗੀ ਛੱਤ ਹਾਂ ਕਿੰਨੇ ਤੋਂ ਉਰੰਦੇ ਉਹ ਸਾਨੂੰ ਹੋ ਗਏ 2-3 ਮਹੀਨੇ ਹੋ ਗਏ ਵੀਰੇ ਰਹਿੰਦੇ ਨਾਲ ਕਿੰਨੇ ਵਜੇ ਡਿੱਗੀ ਹੈਗੀ ਕੀ ਕਰ ਰਹੇ ਸੀਗੇ ਇਹ ਤਾਂ ਟੀਵੀ ਦੇਖੀ ਜਾਂਦੀ ਸੀ ਵੀਰੇ ਤੇ ਆਈ ਜਿਵੇਂ ਟੇਢੀ ਪਈ ਹੈ ਸਿਰ ਤਾਂ ਵੀਰੇ ਤਾਂ ਹੀ ਸੀਗਾ ਤੇ ਮੈਂ ਉੱਥੇ ਵੀਰੇ ਅੰਦਰ ਬਾਲਟੀ ਲੈ ਗਈ ਸੀ ਪਾਣੀ ਦੀ ਤੇ ਇਹਨੂੰ ਮੈਂ ਦਵਾ ਦਵ ਖਿੱਚਿਆ ਹੈਗਾ ਉੱਥੋਂ ਮੈਨੂੰ ਦੇਖਿਆ ਹੀ ਨਹੀਂ ਵੀਰੇ ਮੇਰੇ ਬੈੱਡ ਟੁੱਟ ਗਿਆ ਬੈੱਡ ਬੇਬੀ ਸਾਰੇ ਪਾਣਾ ਟਿੱਕਾ ਸਾਰਾ ਕੁਛ ਕਲਾਰਾ ਪਿਆ ਖੜਾ ਬਹੁਤ ਜ਼ਿਆਦਾ ਨਹੀਂ ਮਤਲਬ ਕੀ ਨਾਮ ਹੈ ਤੁਹਾਡਾ ਮੇਰਾ ਨਾਂ ਜੀ ਬਦੇਵਰ ਕੀ ਲੱਗਦਾ ਤੁਹਾਨੂੰ ਮੇਰੀ ਇਹ ਗੁੱਡੀ ਹੈ ਜੀ ਕੀ ਗੱਲ ਕੀ ਹੋ ਗਈ ਇਹ ਛੱਤ ਡਿੱਗ ਪਈ ਛੱਤ ਡਿੱਗਣ ਵਾਲੀ ਸੀਗੀ ਟੇੜ ਸੀਗੀ ਆਪਾਂ ਐਂ ਸੀ ਆਹਦੇ ਸੀ ਵੀ ਮਕਾਨ ਮਾਲਕ ਆਹਦੇ ਵੀ ਠੀਕ ਹੈ ਨਹੀਂ ਡਿੱਗਦੀ ਨਹੀਂ ਡਿੱਗਦੀ ਅਤੇ ਉਹ ਚਾਨ ਚੱਕੀ ਨਹੀਂ ਚਾਹੁੰਦੀ ਸੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਜੀ ਬੈੱਡ ਸੀਗੇ ਆ ਦੂਜੇ ਆਪਣਾ ਬਾਕਸ ਬੈੱਡ ਆ ਉਹ ਵੀ ਟੁੱਟ ਗਏ ਹੋਰ ਚੀਜ਼ਾਂ ਪਈਆਂ ਸੀ ਕੋਲੇ ਸਾਰੀਆਂ ਟੁੱਟ ਗਈਆਂ ਹਾਂਜੀ ਕਿਰਾਏ 'ਚ ਰਹਿੰਦੇ ਆ ਕਿੰਨਾ ਚਿਰ ਹੋ ਗਿਆ ਰਹਿੰਦੇ ਇਹਨਾਂ ਨੂੰ ਹੋ ਗਿਆ ਇਹਨਾਂ ਨੂੰ 3 ਸਾਲ ਹੋ ਗਏ ਕੌਣ ਕੌਣ ਸੀਗਾ ਉਸ ਟਾਈਮ ਕਮਰੇ 'ਚ ਜਿਹੜੇ ਇਕੱਲੀ ਗੁੱਡੀ ਸੀਗੀ ਉਹ ਇਹ ਪੱਲੀੜੇ ਧੋਈ ਜਾਂਦੀ ਸੀਗੀ ਗੁੱਡੀ ਸੱਟਾਂ ਵੱਜੀਆਂ ਸੱਟਾਂ ਤਾਂ ਇਹਨੇ ਇਹਦੇ ਜੀ ਪੈਰ ਅਤੇ ਲੱਤ ਬਹੁਤ ਸੱਟਾਂ ਵੱਜੀਆਂ ਇਹਦੇ ਲੱਤ 'ਤੇ ਬਾਂਹ 'ਤੇ ਵੱਜੀ ਹੈ ਜੀ ਸਿਰ ਦੇ ਉੱਤੇ ਵੱਜੀ ਹੈ ਜਾਂ ਨਹੀਂ ਬਚੀ ਹੈ ਜਿਹੜੇ ਮਕਾਨ ਮਾਲਕ ਸੀ ਉਹਨਾਂ ਨੇ ਦੱਸਿਆ ਨਹੀਂ ਸੀਗਾ ਵੀ ਉਹਨਾਂ ਨੂੰ ਪਤਾ ਤਾਂ ਸੀਗਾ ਵੀ ਵੇਖੀ ਵੀ ਇਹ ਛੱਤ ਡਿੱਗਣ ਵਾਲੀ ਆ ਕਹਿ ਰਹੇ ਸੀ ਵੀ ਬਦਲਾਂਗੇ ਅਸੀਂ ਬਦਲਾਂਗੇ ਅਤੇ ਬਦਲੀ ਨਹੀਂ ਗਈ ਉਹਨਾਂ ਨੇ ਮਨਦੀਪ ਕੌਰ ਇਹ ਕੀ ਘਟਨਾ ਹੋਈ ਹੈ ਤੇ ਕਿਹੜਾ ਮਹੱਲਾ ਹੈ ਇਹ ਮਹੱਲਾ ਅਮਰਪੁਰਾ ਵਸਤੀ ਹੈ ਜੀ ਗਲੀ ਨੰਬਰ 2 ਹੈ ਇਹ ਕਿੰਨਾ ਕੁ ਟਾਈਮ ਸੀ ਵੀਰੇ 10 ਦਾ ਟਾਈਮ ਸੀ ਜੀ ਉਹ ਲੜਕੀ ਅੰਦਰ ਟੀ ਵੀ ਵੇਖੀ ਜਾਂਦੀ 7 ਸਾਲ ਦੀ ਬੇਟੀ ਆ ਇਹ ਪੁਰਾਣੀ ਛੱਤ ਆ ਉਹ ਕਿਰਾਏ 'ਤੇ ਰਹਿੰਦੇ ਆ 7 ਰਿਪੇਅਰ ਹੋਣ ਵਾਲੀ ਹੈ ਇਸ ਕਰਕੇ ਉਹ ਛੋਟੀ ਬੱਚੀ 'ਤੇ ਛੱਤ ਡਿੱਗ ਪਈ ਕਿਉਂਕਿ ਉਹ ਸਰਕਾਰੀ ਹੋਸਪਿਟਲ ਦਾਖਲ ਆ 7 ਸਾਲ ਦੀ ਹੈ ਜੀ ਹਾਂਜੀ ਕਿਰਾਏ 'ਤੇ ਰਹਿੰਦੇ ਆ ਜੀ ਮਕਾਨ ਮਾਲਕ ਨੂੰ ਕਿਹਾ ਜੀ ਕਿ ਪਤਾ ਸੀ ਜੀ ਵੀ ਛੱਤ ਇਹ ਡਿੱਗਣ ਵਾਲੀ ਹੈਗੀ ਵੀ ਉਹਨਾਂ ਨਾਲ ਪਤਾ ਸੀ ਵੀ ਉਹ ਹੁਣ ਵੀ ਇਸ ਕਰਕੇ ਲੜਕੀ ਤੇ ਉਹ ਛੱਤ ਅੰਦਰ ਹੋਰ ਵੀ ਕਿਰਾਏਦਾਰ ਰਹਿੰਦੇ ਆ ਜੀ ਨਾਲ ਸਾਰੇ ਮਕਾਨ ਤੇ ਬੈਠੇ ਆ ਜੀ ਕੋਈ ਨੀ ਖਾਲੀ ਕਰ ਰਿਹਾ ਹਾਂਜੀ ਹਾਂਜੀ ਹੋਰਾਂ ਤੇ ਵੀ ਡਿੱਗ ਸਕਦੀ ਆ ਅੱਜ ਇਹਨਾਂ ਤੇ ਘਟਨਾ ਵਾਪਰੀ ਆ ਕੱਲ ਨੂੰ ਕਿਸੇ ਤੇ ਹੋਰ ਤੇ ਵੀ ਘਟਨਾ ਵਾਪਰ ਸਕਦੀ ਮਕਾਨ ਮਾਲਕ ਅੱਗੇ ਰਹਿੰਦੇ ਆ ਜੀ ਇਸੇ ਘਰ ਵਿੱਚ ਅੱਗੇ ਰਹਿੰਦੇ ਆ ਜੀ ਹਾਂਜੀ ਉਹਨਾਂ ਨੂੰ ਪਤਾ ਜੀ ਉਹਨਾਂ ਨੇ ਦੇਖਿਆ ਜੀ ਇਹ ਉਹਨਾਂ ਦਾ ਨਾਮ ਮਕਾਨ ਮਾਲਕ ਦਾ ਰਛਪਾਲ ਸਿੰਘ